ਅੱਗੇ ਵਧਦਿਆਂ ਸਿੱਖ ਫੌਜੀਆਂ ਦੇ ਲਈ ਹੈਲਮਟ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਵਿਰੋਧ ਕੀਤਾ ਗਿਆ। ਜੀ ਹਾਂ, ਜਥੇਦਾਰ ਸਾਹਿਬ ਨੇ ਸਰਕਾਰ ਨੂੰ ਫੈਸਲੇ 'ਤੇ ਮੁੜ ਤੋਂ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਇਹ ਫੈਸਲਾ ਸਿੱਖਾਂ ਦੀ ਵੱਖਰੀ ਪਛਾਣ ਖਤਮ ਕਰਨ ਵਾਲਾ ਹੈ। ਕਿਸੇ ਵੀ ਤਰ੍ਹਾਂ ਦੀ ਟੋਪੀ ਪਾਉਣਾ ਸਿੱਖ ਮਰਿਆਦਾ ਦੇ ਉਲਟ ਹੈ। ਸਿੱਖ ਧਰਮ 'ਚ ਕਿਸੇ ਵੀ ਕਿਸਮ ਦੇ ਹੈਲਮਟ ਪਾਉਣ ਦੀ ਮਨਾਹੀ ਹੈ। ਕੁਝ ਸੰਸਥਾਵਾਂ ਵੱਲੋਂ ਹੈਲਮਟ ਨੂੰ ਪ੍ਰਮੋਟ ਕੀਤੇ ਜਾਣ 'ਤੇ ਵੀ ਉਹਨਾਂ ਇਤਰਾਜ਼ ਦਾ ਪ੍ਰਗਟਾਵਾ ਕੀਤਾ। ਤੁਹਾਨੂੰ ਦੱਸ ਦਈਏ, ਕੇਂਦਰ ਸਰਕਾਰ ਨੇ ਫੈਸਲਾ ਕੀਤਾ ਸੀ। ਲੰਘੇ ਦਿਨੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਵਿਸ਼ੇਸ਼ ਹੈਲਮਟ ਸਿੱਖਾਂ ਦੇ ਲਈ, ਜੋ ਫੌਜ 'ਚ ਤੈਨਾਤ ਨੇ ਉਹਨਾਂ ਦੇ ਲਈ ਵਿਸ਼ੇਸ਼ ਹੈਲਮਟ ਸਰਕਾਰ ਖਰੀਦਣ ਜਾ ਰਹੀ ਹੈ। ਉਸੇ ਨੂੰ ਲੈ ਕੇ ਹੁਣ ਇਹ ਮਾਮਲਾ ਪਕਦਾ ਜਾ ਰਿਹਾ ਅਤੇ ਉਸੇ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਜਤਾਇਆ ਜਾ ਰਿਹਾ। ਪਰ ਸਰਕਾਰ ਵੱਲੋਂ ਸਿੱਖ ਫੌਜੀਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੈਲਮਟ ਪਹਿਨਾਉਣ ਸੰਬੰਧੀ ਯਤਨ ਕੀਤੇ ਜਾ ਰਹੇ ਹੈ, ਇਹ ਮੀਡੀਆ ਰਾਹੀਂ ਪਤਾ ਲੱਗਿਆ। ਅਜਿਹੇ ਯਤਨ ਅੰਗਰੇਜ਼ ਸਰਕਾਰ ਨੇ ਵੀ ਦੂਸਰੇ ਵਿਸ਼ਵ ਯੁੱਧ ਦੌਰਾਨ ਕੀਤੇ ਸਨ। ਉਸ ਵਕਤ ਸਿੱਖ ਫੌਜੀਆਂ ਨੇ ਬ੍ਰਿਟਿਸ਼ ਹਕੂਮਤ ਦੇ ਇਸ ਫੈਸਲੇ ਨੂੰ ਜਿਹੜਾ ਸੀ ਉਹ ਰੱਦ ਕੀਤਾ ਸੀ, ਕਿਉਂਕਿ ਦਸਤਾਰ ਸਿੱਖ ਦੇ ਸਿਰ 'ਤੇ ਬੰਨਿਆ ਕੋਈ 5-7 ਮੀਟਰ ਦਾ ਕੱਪੜਾ ਨਹੀਂ ਹੈ, ਇਹ ਗੁਰੂ ਸਾਹਿਬ ਵੱਲੋਂ ਬਖਸ਼ਿਆ ਸਾਨੂੰ ਤਾਜ ਹੈ ਔਰ ਸਾਡੀ ਪਹਿਚਾਣ ਦਾ ਪ੍ਰਤੀਕ ਹੈ, ਅਤੇ ਸਾਡੀ ਪਹਿਚਾਣ ਦੇ ਪ੍ਰਤੀਕ ਦਸਤਾਰ ਦੇ ਉੱਤੇ ਕਿਸੇ ਕਿਸਮ ਦਾ ਟੋਪ ਪਾਉਣਾ ਇਹ ਸਾਡੀ ਪਹਿਚਾਣ ਨੂੰ ਖਤਮ ਕਰਨ ਦੇ ਯਤਨ ਵਜੋਂ ਹੀ ਵੇਖਿਆ ਜਾਏਗਾ ਔਰ ਨਾ ਹੀ ਪੰਥ ਇਸ ਨੂੰ ਕਿਸੇ ਕੀਮਤ ਦੇ ਉੱਤੇ ਬਰਦਾਸ਼ਤ ਕਰੇਗਾ। ਸਾਡੀ ਪਰੰਪਰਾ ਦੇ ਵਿੱਚ, ਸਾਡੀ ਮਰਿਆਦਾ ਦੇ ਵਿੱਚ ਟੋਪੀ ਪਾਉਣਾ ਜਿਹੜਾ ਸਿੱਖ ਨੂੰ ਇਹ ਵਰਜਿਤ ਕਰਾਰ ਦਿੱਤਾ ਹੈ, ਚਾਹੇ ਉਹ ਕੱਪੜੇ ਦੀ ਹੋਵੇ ਅਤੇ ਚਾਹੇ ਉਹ ਲੋਹੇ ਦੀ ਹੋਵੇ। 1965, 1962, 1971 ਦੀਆਂ ਜੰਗਾਂ ਦੇ ਵਿੱਚ ਵੀ ਸਿੱਖ ਸਿਪਾਹੀਆਂ ਨੇ ਸਿਰਾਂ 'ਤੇ ਦਸਤਾਰਾਂ ਸਜਾ ਕੇ ਵੈਰੀਆਂ ਨੂੰ ਜਵਾਬ ਦਿੱਤਾ, ਲੇਕਿਨ ਲੋ ਟੋਪ ਜਿਹੜਾ ਹੈ, ਜਿਹਨੂੰ ਅੱਜ ਅਸੀਂ ਹੈਲਮਟ ਕਹਿ ਦਿੰਦੇ ਹਾਂ, ਇਹ ਬਿਲਕੁਲ ਜਿਹੜਾ ਹੈ ਉਹ ਨਹੀਂ ਪਹਿਨਿਆ। ਔਰ ਕੁਝ ਸੰਸਥਾਵਾਂ ਵੀ ਜਿਹੜੀਆਂ ਇਸ ਨੂੰ ਪ੍ਰਮੋਟ ਕਰ ਰਹੀਆਂ ਨੇ, ਇਹ ਵੀ ਬਹੁਤ ਮੰਦਭਾਗੀ ਗੱਲ ਹੈ। ਬਲਕਿ ਇੱਕ helmet.com ਨਾਂ ਦੀ ਇੱਕ ਵੈਬਸਾਈਟ ਜਿਹੜੀ ਹੈ ਉਹ ਬਣਾ ਦਿੱਤੀ ਗਈ ਹੈ, ਜਿਹੜੀ ਹੈਲਮਟ ਨੂੰ ਸਿੱਖਾਂ ਦੇ ਵਿੱਚ ਪ੍ਰਮੋਟ ਕਰਨ ਦਾ ਯਤਨ ਕਰ ਰਹੀ ਹੈ, ਜਿਹਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਸੋ ਭਾਰਤ ਸਰਕਾਰ ਨੂੰ, ਭਾਰਤੀ ਫੌਜ ਦੇ ਅਫਸਰਾਂ ਨੂੰ ਇਹ ਮੁੜ ਜਿਹੜੀ ਹੈ ਇਸ ਮਸਲੇ ਦੇ ਉੱਤੇ ਗੌਰ ਕਰਨੀ ਚਾਹੀਦੀ ਹੈ। ਸਿੱਖਾਂ ਦੇ ਸਿਰਾਂ ਦੇ ਉੱਤੇ ਜਿਹੜਾ ਗੁਰੂ ਸਾਹਿਬਾਨ ਵੱਲੋਂ ਬਖਸ਼ਿਆ ਤਾਜ ਹੈ, ਕਿਸੇ ਲੋਹੇ ਵਰਗੀ ਟੋਪੀ ਨੂੰ ਪਹਿਨਾਉਣਾ ਇਹ ਸਾਡੀ ਪਹਿਚਾਣ ਨੂੰ ਖਤਮ ਕਰਨ ਦੇ ਤੁਲ ਹੋਏਗਾ, ਜਿਹਨੂੰ ਕਦੇ ਵੀ ਕਿਸੇ ਕੀਮਤ ਦੇ ਉੱਤੇ ਪੰਥ ਦੀਆਂ ਸੰਸਥਾਵਾਂ, ਸਮੁੱਚਾ ਗੁਰੂ ਖਾਲਸਾ ਪੰਥ ਬਰਦਾਸ਼ਤ ਨਹੀਂ ਕਰੇਗਾ।